ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡੇ ਇੱਕ ਨਿਊ ਨੋਟੀਫਿਕੇਸ਼ਨ ਹੈ ਜਿਹੜਾ ਲੈ ਕੇ ਆਈ ਹਾਂ ਇਹ ਬਾਬਾ ਫਰੀਦ ਯੂਨੀਵਰਸਿਟੀ ਦੇ ਵੱਲੋਂ ਕੱਢਿਆ ਗਿਆ ਇਸ ਦੇ ਵਿੱਚ ਐਡੀਟਰ ਦੀਆਂ ਠੀਕ ਹੈ ਜਿਹੜੀਆਂ ਪੋਸਟਾਂ ਕੱਢੀਆਂ ਹੋਈਆਂ ਨੇ ਟੋਟਲ ਜਿਹੜੀਆਂ ਪੋਸਟਾਂ ਨੇ ਉਹ ਹੈਗੀਆਂ ਨੇ 249 ਮਤਲਬ 249 ਪੋਸਟਾਂ ਨੇ ਠੀਕ ਹੈ ਇਹ ਅਪਲਾਈ ਔਨਲਾਈਨ ਹੋਣਗੀਆਂ ਡੈਫੀਨੇਟਲੀ ਅਤੇ ਰਿਕੁਆਇਰਮੈਂਟ 2023 ਦੀ ਹੈ ਠੀਕ ਹੈ ਔਰ ਇਸ ਦੇ ਵਿੱਚ ਕੀ ਰਿਕੁਆਇਰਮੈਂਟ ਲਾਸਟ ਡੇਟ ਤੁਹਾਨੂੰ ਮੈਂ ਦੱਸੂੰਗੀ ਕਿੰਨੀ ਹੈ ਜਿੱਦਾਂ ਕਿ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਜਿਹੜੀ ਪੋਸਟ ਕੱਢੀ ਗਈ ਹੈ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਦੇ ਵੱਲੋਂ ਕੱਢੀ ਗਈ ਹੈ ਠੀਕ ਹੈ ਇਸ ਦੇ ਵਿੱਚ ਕਿੰਨੀ ਕਿਹੜੀ ਵੈਕੈਂਸੀ ਕਿੰਨੀ ਹੈ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਲਾਸਟ ਡੇਟ ਇਹਦੀ ਦੱਸ ਦਿੰਦੀ ਹਾਂ ਸਟਾਰਟਿੰਗ ਆਲਰੇਡੀ ਇਹ 25 ਤਰੀਕ ਤੋਂ ਹੈਕ ਹੋ ਚੁੱਕੀ ਹੈਗੀ ਅਪਲਾਈ ਹੁਣ ਔਰ ਲਾਸਟ ਇਹਦੀ 15 ਤਰੀਕ ਹੈ ਠੀਕ ਹੈ ਔਰ ਇਹਦੀ ਏਜ ਲਿਮਿਟ ਸੇਮ ਹੈਗੀ 18 ਤੋਂ 37 ਸਾਲ ਰੱਖੀ ਗਈ ਹੈ ਬਾਕੀ ਇਲੈਕਸ਼ਨ ਦਿੱਤੀ ਹੋਈ ਹੈ ਕੁਆਲੀਫਿਕੇਸ਼ਨ ਇਹਨਾਂ ਨੇ ਪਲੱਸ ਟੂ ਮੰਗੀ ਹੋਈ ਹੈ ਡਿਪਲੋਮਾ ਡਿਗਰੀ ਤੁਹਾਡਾ ਕੀਤਾ ਹੋਇਆ ਤਾਂ ਵੈਰੀ ਮਤਲਬ ਜ਼ਿਆਦਾ ਵਧੀਆ ਇਹਨਾਂ ਡਿਪਲੋਮਾ ਡਿਗਰੀ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਐਜ਼ ਵੈਲ ਐਜ਼ ਇਹਨਾਂ ਨੇ ਬਲੋਕ ਐਕਸਟੈਂਸ਼ਨਸ ਐਡੀਟਰ ਦੀਆਂ ਪੋਸਟਾਂ ਨੇ ਮੈਡੀਕਲ ਲਾਇਬ੍ਰੇਰੀ ਦੀਆਂ ਅਤੇ ਉਸ ਤੋਂ ਬਾਅਦ ਟੋਟਲ ਕਿੰਨੀਆਂ ਪੋਸਟਾਂ ਨੇ ਤੁਹਾਨੂੰ ਮੈਂ ਦੱਸ ਚੁੱਕੀ ਹਾਂ ਅਤੇ ਅਪਲਾਈ ਤੁਸੀਂ ਔਨਲਾਈਨ ਕਰਨਾ ਮਿਲਦੇ ਨੈਕਸਟ ਵੀਡੀਓ ਦੇ ਵਿੱਚ ਨਿਊ ਅਪਡੇਟ ਦੇ ਨਾਲ ਥੈਂਕ ਯੂ